ਕਿਸੇ ਪਾਰਟੀ ਦਾ ਡਰ ਨਹੀਂ, ਕਿਸੇ ਪਾਰਟੀ ਦੇ ਆਸਰੇ ਹੇਠਾਂ ਨਹੀਂ, ਇੱਕ ਮੁੱਦਾ ਉੱਠਿਆ ਔਰ ਗੱਲ ਜਿਹੜੀ ਸੱਚਾਈ ਆ ਵੀ ਸਾਹ ਦਿਆਲ ਸਿੰਘ ਮਜੀਠੀਏ ਦੇ ਨਾਂ 'ਤੇ ਇੱਕ ਕਾਲਜ ਬਣਿਆ 100 ਸਾਲ ਪਹਿਲਾਂ, ਇੱਕ ਇਤਿਹਾਸ ਆ, ਇੱਕ ਉਹਨਾਂ ਨੇ ਆਪਣੀ ਵਿਰਾਸਤ ਉਹਨਾਂ ਦੀ ਜਿਹੜੀ ਕਾਇਮ ਆ ਅਤੇ ਉਸੇ ਦੇ ਨਾਂ 'ਤੇ ਇੱਥੇ ਜ਼ਮੀਨ ਅਲਾਟ ਹੋਈ ਆ ਅਤੇ ਕਿਸੇ ਨੂੰ ਬੰਦੇ ਮਾਤਰਮ ਦੇ ਨਾਂ 'ਤੇ ਹੋਰ ਸੰਸਥਾ ਬਣਾਉਣ ਦਾ ਅਧਿਕਾਰ ਨਹੀਂ ਹੈ ਔਰ ਕਿਸੇ ਵਿਅਕਤੀ ਦਾ ਨਾਮ ਉਟਾ ਕੇ ਕੋਈ ਹੋਰ ਨਾਂ ਰੱਖਣਾ ਇਹ ਕਿਸੇ ਤਰ੍ਹਾਂ ਵੀ ਇਜਾਜ਼ਤ ਨਹੀਂ ਦਿੰਦਾ ਅਤੇ ਇਹਦਾ ਅਸੀਂ ਜ਼ੋਰਦਾਰ ਜੋ ਨਾਂ ਬਦਲਿਆ ਉਹਦਾ ਅਕਾਲੀ ਦਲ ਵੱਲੋਂ ਵੀ ਖੰਡਨ ਕੀਤਾ। ਜ਼ਰੂਰ ਉਠਾਵਾਂਗੇ ਔਰ ਵੈਸੇ ਵੀ ਅਸੀਂ ਕੰਸਰਨਡ ਮੰਤਰੀ ਕੋਲ ਵੀ ਜਾ ਕੇ ਗੱਲ ਕਰਾਂਗੇ ਕਿਉਂਕਿ ਇੱਕ ਅਹਿਮ ਮੁੱਦਾ ਹੈ ਕਿ ਇਹਦੇ ਨਾਲ ਇੱਕ ਬੜੇ ਵੱਡੇ ਵਿਰਾਸਤ ਨੂੰ ਖੋਰਾ ਲਾਉਣ ਵਾਲੀ ਗੱਲ ਆ। ਅਸੀਂ ਤਾਂ ਮੁੱਦਾ ਬੰਦੇ ਮਾਤਰਮ ਦਾ ਕੀ ਜਿਹੜਾ ਅੰਡੇਮਾਨ ਨਿਕੋਬਾਰ ਦੇ ਵਿੱਚ ਪੰਜਾਬੀਆਂ ਦਾ ਨਾਂ ਤੱਕ ਮਿਠਾਇਆ ਗਿਆ, ਪੰਜਾਬੀਆਂ ਦਾ ਉੱਥੇ ਇਤਿਹਾਸ ਹੀ ਖਤਮ ਕੀਤਾ ਗਿਆ, ਕੇਵਲ ਇੱਕ ਵਿਅਕਤੀ ਨੂੰ ਹੀ ਹਾਈਲਾਈਟ ਕੀਤਾ ਗਿਆ। ਇਹ ਮੁੱਦਾ ਵੀ ਲੋਕ ਸਭਾ ਵਿੱਚ ਮੈਂ ਉਠਾਇਆ ਸੀ ਔਰ ਉਸ ਸਮੇਂ ਪਾਰਲੀਮੈਂਟ ਅਫੇਅਰ ਮੰਤਰੀ ਨੇ ਜਵਾਬ ਵੀ ਦਿੱਤਾ ਸੀ ਵੀ ਅਸੀਂ ਪੰਜਾਬੀਆਂ ਨੂੰ ਔਰ ਸਿੱਖਾਂ ਨੂੰ ਜੋ ਬਣਦਾ ਥਾਂ ਆਜ਼ਾਦੀ ਦੇ ਸੰਗਰਾਮ ਵਿੱਚ ਉਹਨੂੰ ਨਗੋਲਿਆ ਨਹੀਂ ਕਰ ਸਕਦੇ, ਉਹ ਸਕ੍ਰਿਪਟ ਚੇਂਜ ਕਰਾਂਗੇ ਔਰ ਉਹ ਸਕ੍ਰਿਪਟ ਚੇਂਜ ਹੋ ਰਹੀ ਹੈ ਜਿਹੜੀ ਉੱਥੇ ਲਾਈਟ ਐਂਡ ਸਾਊਂਡ ਦੀ ਬਣਾਈ ਜਾ ਰਹੀ ਹੈ। ਚੰਦੂਮਹਾਰਾ ਸਾਹਿਬ, ਤੁਹਾਨੂੰ ਲੱਗਦਾ ਕਿ ਜਿਹੜੀ ਇਹ ਗੱਲ ਸੀਗੀ ਕਿ ਬੀਜੇਪੀ ਸਰਕਾਰ ਜਿਹੜੀ ਮਾਈਨੋਰਟੀਜ਼ ਨੂੰ ਸਿੱਖਾਂ ਨੂੰ ਖਾਸ ਤੌਰ 'ਤੇ ਨਜ਼ਰਅੰਦਾਜ਼ ਕਰ ਰਹੀ ਹੈ, ਮਿਨੀਮਾਈਜ਼ ਕਰ ਰਹੀ ਹੈ, ਇਹ ਦਿਆਲ ਸਿੰਘ ਕਾਲਜ ਦਾ ਨਾਂ ਬਦਲਣਾ ਵੀ ਉਸੇ 'ਚੋਂ ਇੱਕ ਹੈ? ਨਹੀਂ, ਮੈਂ ਸਮਝਦਾ ਇਹਦੇ 'ਚ ਕੋਈ ਮਾਈਨੋਰਟੀ ਦਾ ਸਵਾਲ ਨਹੀਂ ਮੈਂ ਕਹਿ ਸਕਦਾ। ਇਹ ਕਈ ਵਾਰੀ ਜਿਹੜੇ ਹੇਠਲੇ ਲੈਵਲ 'ਤੇ ਫੈਸਲੇ ਲੈਂਦੇ ਨੇ, ਕਿਸੇ ਆਪਣੇ ਤੌਰ 'ਤੇ ਉਹਨਾਂ ਨੇ ਫੈਸਲੇ ਲਏ ਨੇ, ਇਹਦੇ 'ਚ ਕੋਈ ਮੈਂ ਨਹੀਂ ਸਮਝਦਾ ਕੋਈ ਭਾਰਤੀ ਜਨਤਾ ਪਾਰਟੀ ਦੀ ਮਾਈਨੋਰਟੀ ਨੂੰ ਖਤਮ ਕਰਨ ਦੀ ਜਾਂ ਉਹਨਾਂ ਨੂੰ ਮਿਟਾਉਣ ਦੀ ਨੀਤੀ ਦੇ ਹਿੱਸਾ। ਇਹ ਕਈ ਵਾਰੀ ਜਿਹੜੇ ਪ੍ਰੋਸੀਜਰਲ ਜਾਂ ਕਈ ਲੋਕ ਆਪਣੇ ਆਪ ਨੂੰ ਚਮਕਾਉਣ ਵਾਸਤੇ ਕਈ ਇਸ ਤਰ੍ਹਾਂ ਦੇ ਫੈਸਲੇ ਲੈਂਦੇ ਨੇ, ਜਦੋਂ ਕਿਤੇ ਦਰੁਸਤੀ ਦੀ ਲੋੜ ਹੁੰਦੀ ਹੈ, ਜਦੋਂ ਮੈਂ ਸਮਝਦਾ ਉਹ ਦਰੁਸਤੀ ਹੁੰਦੀ ਆ ਔਰ ਅਸੀਂ ਅਕਾਲੀ ਦਲ ਦੇ ਤੌਰ 'ਤੇ ਵੀ ਬਤੌਰ ਪੰਜਾਬੀ ਦੇ ਤੌਰ 'ਤੇ ਵੀ ਉਸ ਵਿਰਾਸਤ ਦੇ ਮਾਲਕ ਹੋਣ ਦੇ ਤੌਰ 'ਤੇ ਵੀ ਇਹ ਜਿਹੜੀ ਗਲਤੀ ਹੋਈ ਇਹਨੂੰ ਦਰੁਸਤ ਕਰਾਉਣ ਦੀ ਕੋਸ਼ਿਸ਼। ਚੰਦੂਮਹਾਰਾ ਸਾਹਿਬ, ਇੱਕ ਕਾਂਗਰਸ ਦੇ MLA ਹਰਦਿਆਲ ਕੰਬੋਜ ਦੇ ਉੱਤੇ ਇੱਕ ਲੇਡੀ ਪ੍ਰਿੰਸੀਪਲ ਨੇ ਹਰਾਸਮੈਂਟ ਦੇ ਇਲਜ਼ਾਮ ਲਾਏ ਨੇ ਕਿ ਮੇਰੇ ਕੋਲ ਸੈਕਸ਼ੂਅਲ ਫੇਵਰ ਦੀ ਮੈਨੂੰ ਇਹਨੇ ਡਿਮਾਂਡ ਕੀਤੀ ਹੈ। ਦੇਖੋ, ਅੱਜ ਹਰਦਿਆਲ ਕੰਬੋਜ ਦਾ ਕਿਸੇ ਪ੍ਰਿੰਸੀਪਲ ਦੇ ਨਾਂ ਆਉਣਾ ਮੈਂ ਸਮਝਦਾ ਜਿਵੇਂ ਜਿਹੀ ਜੀ ਕੋਕੋ ਉਹੀ ਜੀ ਕੋਕੋ ਦੇ ਬੱਚੇ। ਪੰਜਾਬ ਸਰਕਾਰ ਦਾ ਹਾਲਾਤ ਹੀ ਇਹ ਨੇ, ਨਜਾਇਜ਼ ਮਾਈਨਿੰਗ ਵੀ ਹੋ ਰਹੀ ਆ, ਗੁੰਡਾਗਰਦੀ ਵੀ ਹੋ ਰਹੀ ਆ, ਰਾਜਸੀ ਬਦਲਾਖੋਰੀ 'ਚ ਕਤਲੋ ਗਾਰਤ ਵੀ ਹੋ ਰਹੀ ਆ ਔਰ ਲੇਡੀਜ਼ ਨੂੰ ਖਾਸ ਤੌਰ 'ਤੇ ਸਕੂਲਾਂ ਅਤੇ ਕਾਲਜਾਂ ਦੀਆਂ ਪ੍ਰਿੰਸੀਪਲ ਮੈਡਮ ਜਿਹੜੀਆਂ ਨੇ ਉਹ ਇਸ ਕਿਸਮ ਦੇ ਚੁਣੇ ਹੋਏ ਵਿਧਾਇਕਾਂ 'ਤੇ ਜਿਹੜਾ ਦੋਸ਼ ਲਾਉਂਦੀਆਂ ਨੇ ਇਹ ਇੱਕ ਬਹੁਤ ਸ਼ਰਮਸਾਰ ਗੱਲ ਆ ਔਰ ਮੈਂ ਸਮਝਦਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਇਹ ਸਾਰੀਆਂ ਗੱਲਾਂ ਦਾ ਨੋਟਸ ਲੈਣਾ ਪਏਗਾ, ਨਹੀਂ ਪੰਜਾਬ ਦੀ ਸਥਿਤੀ ਜਿਹੜੀ ਆ ਖਰਾਬ ਹੋਏਗੀ। ਦੇਖੋ, ਆਂਗਨਵਾੜੀ ਵਰਕਰਾਂ ਨਾਲ ਤਾਂ ਸਰਾਸਰ ਧੱਕਾ ਸਰਕਾਰ ਦੀ ਜਾਤੀ ਆ ਅਤੇ ਉਹਨਾਂ ਦੇ ਸਾਰੇ ਜਿਹੜੇ ਜਿੱਥੇ ਆਂਗਨਵਾੜੀ ਵਰਕਰ ਬੱਚਿਆਂ ਨੂੰ ਸਿਖਲਾਈ ਦਿੰਦੇ ਸੀ ਉਹ ਬੰਦ ਕਰਕੇ ਮਤਲਬ ਉਹਨਾਂ ਨੂੰ ਬਾਹਰ ਕੱਢਣਾ ਅਤੇ ਹੁਣ ਪਰੋਸਦੇ ਨੇ ਵੀ ਹੁਣ ਕੁਛ ਨਾ ਕੁਛ ਉਹਨਾਂ ਨੂੰ ਸਾਧਨ ਦੇ ਕੇ ਆਂਗਨਵਾੜੀ ਵਰਕਰਾਂ ਦਾ ਬੜਾ ਵੱਡਾ ਰੋਲ ਆ ਸਾਡੇ ਬੱਚਿਆਂ ਨੂੰ ਸਿਖਲਾਈ ਦੇਣ ਦੇ ਵਿੱਚ ਔਰ ਸਰਕਾਰ ਦੀ ਇੱਕ ਬਹੁਤ ਵੱਡੀ ਜਾਤੀ ਆ, ਉਹਨਾਂ ਲਈ ਵੱਖਰੇ ਸੈਂਟਰ ਜਿਹੜੇ ਖੋਲ੍ਹਣੇ ਚਾਹੀਦੇ ਆ, ਉਹਦਾ ਵੱਖਰਾ ਪ੍ਰਬੰਧ ਕਰਨਾ ਚਾਹੀਦਾ। ਜਿਹੜੇ ਟਾਰਗੇਟ ਕਿਲਿੰਗ ਦੇ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਨੇ ਜਗਤਾਰ ਸਿੰਘ ਜੋਹਲ ਨੂੰ ਫੜਿਆ ਹੈਗਾ, ਉਹ ਵਿਦੇਸ਼ਾਂ ਵਿੱਚ ਬਹੁਤ ਵੱਡੀ ਇੱਕ ਲਹਿਰ ਬਣਦੀ ਜਾ ਰਹੀ, ਉਹ ਬਰਤਾਨੀਆ ਗੌਰਮੈਂਟ ਨੇ ਵੀ ਕਹਿਤਾ ਹੈਗਾ ਕਿ ਸਾਡੇ ਕਿਸੇ ਨਾਗਰਿਕ ਦੇ ਨਾਲ ਅਗਰ ਤਸ਼ੱਦਦ ਹੋਇਆ ਤਾਂ ਫਿਰ ਅਸੀਂ ਵੀ ਸਖਤੀ ਕਰਾਂਗੇ। ਦੇਖੋ, ਅਸੀਂ ਵੀ ਇਹ ਉਦੋਂ ਸ਼ੁਰੂ 'ਚ ਹੀ ਕਿਹਾ ਸੀ ਵੀ ਸਾਨੂੰ ਵੀ ਸ਼ੱਕ ਆ ਜਿਸ ਤਰ੍ਹਾਂ ਜਗਤਾਰ ਸਿੰਘ ਜੋਹਲ ਦਾ ਕੇਸ ਆ ਇਹ ਕਿਸੇ ਨੂੰ ਹਾਜ਼ਮ ਨਹੀਂ ਆ ਰਿਹਾ, ਜਿਸ ਤਰ੍ਹਾਂ ਦੀ ਸਟੋਰੀਆਂ ਸਰਕਾਰ ਬਣਾ ਰਹੀ ਆ, ਪੁਲਿਸ ਬਣਾ ਰਹੀ ਆ ਔਰ ਪੁਲਿਸ ਨੇ ਜਿਸ ਹਿਸਾਬ ਨਾਲ ਇਹ ਸਾਰੀ ਪ੍ਰੈਜੈਂਟ ਕੀਤੀ ਆ ਸਟੋਰੀ, ਇਹ ਕਿਸੇ ਨੂੰ ਡਾਈਜੈਸਟ ਨਹੀਂ ਹੁੰਦੀ। ਜੇ ਕਿਸੇ ਨੂੰ ਇਤਰਾਜ਼ ਆ ਸ਼ੱਕ ਆ ਤਾਂ ਲਾਜ਼ਮੀ ਤੌਰ 'ਤੇ ਡਿਊਟੀ ਬਣਦੀ ਆ ਸਰਕਾਰ ਦੀ ਵੀ ਪੁਲਿਸ ਪ੍ਰਸ਼ਾਸਨ ਦੀ ਵੀ ਉਹ ਸ਼ੱਕ ਦੂਰ ਕਰੇ ਔਰ ਬਰਤਾਨੀਆ ਸਰਕਾਰ ਦਾ ਜਾਂ ਬਰਤਾਨੀਆ ਦੇ ਲੋਕਾਂ ਦਾ ਜਾਂ ਉੱਥੋਂ ਦੇ ਮੈਂਬਰ ਪਾਰਲੀਮੈਂਟਾਂ ਦਾ ਜਿਹੜਾ ਇਤਰਾਜ਼ ਉੱਠਿਆ ਔਰ ਇੱਕ ਅਹਿਮ ਇਤਰਾਜ਼ ਉੱਠਿਆ ਉਸੇ ਤਰ੍ਹਾਂ ਦੀ ਭਾਵਨਾ ਸਾਡੇ ਲੋਕਾਂ ਵਿੱਚ ਵੀ ਪਾਈ ਜਾ ਰਹੀ ਆ। ਇਹ ਤਸੱਲੀ ਕਰਾਉਣਾ ਪੰਜਾਬ ਸਰਕਾਰ ਦੀ ਡਿਊਟੀ ਆ, ਪੰਜਾਬ ਦੀ ਪੁਲਿਸ ਦੀ ਡਿਊਟੀ ਆ ਤਾਂ ਕਿ ਕਿਸੇ ਨਿਰਦੋਸ਼ੇ ਨੂੰ ਇਸ ਤਰ੍ਹਾਂ ਦੇ ਦੋਸ਼ ਦੇ ਵਿੱਚ ਨਾ ਫੜਿਆ ਜਾਵੇ। ਅਤੇ ਪਹਿਲਾਂ ਵੀ ਪੁਲਿਸ ਨੇ ਬਹੁਤ ਸਾਰੇ ਐਸੇ ਕੇਸ ਆਏ ਨੇ ਵੀ ਨਿਰਦੋਸ਼ੀਆਂ ਨੂੰ ਫੜ ਕੇ ਇੱਕ ਵਾਰੀ ਮੁਲਜ਼ਮ ਬਣਾਤਾ, ਬਾਅਦ 'ਚ ਪਤਾ ਲੱਗਿਆ ਵੀ ਉਹ ਨਿਰਦੋਸ਼ ਆ। ਅਤੇ ਜਗਤਾਰ ਸਿੰਘ ਜੋਹਲ ਦੇ ਕੇਸ ਵਿੱਚ ਵੀ ਅਜਿਹਾ ਹੋ ਸਕਦਾ ਅਤੇ ਸਰਕਾਰ ਨੂੰ ਇਹ ਸੱਚ ਔਰ ਸੱਚਾਈ ਜਿਹੜੀ ਆ ਉਹ ਸਾਹਮਣੇ ਰੱਖਣੀ ਚਾਹੀਦੀ ਆ ਔਰ ਜੇ ਕਿਤੇ ਅਣਗਹਿਲੀ ਪੁਲਿਸ ਵੱਲੋਂ ਹੋਈ ਆ ਤਾਂ ਉਹਦੀ ਮਾਫ਼ੀ ਮੰਗ ਲੈਣੀ ਚਾਹੀਦੀ ਆ। ਮੈਂ ਇਹ ਗੱਲ ਬੜੀ ਜ਼ਿੰਮੇਵਾਰੀ ਨਾਲ ਕਹਿਣਾ ਕਿ ਕਿਸੇ ਨੂੰ ਵੀ ਹਾਜ਼ਮ ਨਹੀਂ ਹੋ ਰਹੀ ਜੋਹਲ ਸਾਹਿਬ ਦੀ ਗ੍ਰਿਫਤਾਰੀ ਜਾਂ ਉਹਦਾ ਇਸ ਤਰ੍ਹਾਂ ਦੇ ਕੇਸਾਂ ਵਿੱਚ ਸ਼ਾਮਲ ਹੋਣਾ ਜਿਸ ਤਰ੍ਹਾਂ ਸਟੋਰੀ ਬਣਾਈ ਆ ਸਰਕਾਰ ਨੇ। ਠੀਕ ਹੈ।